ਏਆਈਜੀ ਸਸਪੈਂਡਡ ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਕੋਰਟ ਚ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿਆ ਗਿਆ। ਮਤਲਬ ਕੁਝ ਕਹੋਗੇ ਤੁਸੀਂ, ਜਿਹੜੀ ਵੀ ਚੀਜ਼ਾਂ ਹੋਈਆਂ ਉਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ? And I request the Honorable Government also, my Honorable Body CM also, to assist and file an affidavit that they agree with me, the matter should go to the CBI. The truth will come out, toda pani da pani ho jayega. Te tusi CBI di jaanch kar rahe ho? Sir, kyon lagda hai ki aakhir kare eh pehla thonu jehda tusi keh rahe ho thode mamle da jo hai oh jaan bujh ke pareshan karne waste kita gaya? Brother, there's a lot to say, but all the matters are sub judice. Nahi, eh matter bilkul sub judice hai, lekin jehdi vi cheezan hoyi hai ke CBI di mang hove, ਕਿਉਂਕਿ ਪਿਛਲੇ ਦਿਨਾਂ ਵਿਜੀਲੈਂਸ ਦੀ ਅਸੀਂ ਗੱਲ ਕਰ ਲਈਏ, ਯਾ 8 ਫੇਸ ਥਾਣੇ 'ਚ ਜਿਹੜਾ ਵੀ ਮਾਮਲਾ ਦਰਜ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਸੀ ਬੀ ਆਈ ਦੀ ਜਾਂਚ ਤੋਂ ਮੰਗ ਤੋਂ ਬਾਅਦ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਐਲੀਗੇਸ਼ਨ ਲੱਗ ਰਹੇ ਕਿ ਬਈ ਪੂਰਾ ਪਲਾਨ ਤਰੀਕੇ ਦੇ ਨਾਲ ਅਸੀਂ ਦੁਸਾ ਵੀ ਕੀਤਾ ਗਿਆ, ਕੋਰਟ 'ਚ ਆ ਕੇ ਪਿਸਟਲ ਕਿੱਥੋਂ ਲੈ ਕੇ ਆਏ, ਕਿਸ ਤਰ੍ਹਾਂ ਦੀ ਪਲੈਨਿੰਗ ਹੈ? ਜੀ, ਅੱਜ ਮਲਵਿੰਦਰ ਸਿੱਧੂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ 2 ਦਿਨ ਦੇ ਰਿਮਾਂਡ ਤੋਂ ਬਾਅਦ, ਤੇ ਹੁਣ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿਆ ਗਿਆ। ਹਾਲਾਂਕਿ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸੀਬੀਆਈ ਦੀ ਜਾਂਚ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਔਰ ਇਸੇ ਕਰਕੇ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਦੀ ਮੰਗ ਨੂੰ ਲੈ ਕੇ ਜਿਹੜਾ ਹੈ ਉਹ ਕੀਤਾ ਜਾ ਰਿਹਾ, ਤੇ ਮਲਵਿੰਦਰ ਸਿੱਧੂ ਅੱਜ ਇੱਥੇ ਪਹੁੰਚੇ ਨੇ ਤੇ ਉਹਨਾਂ ਨਾਲ ਅਸੀਂ ਕੋਸ਼ਿਸ਼ ਵੀ ਕਰਾਂਗੇ ਦੁਬਾਰਾ ਤੋਂ ਗੱਲਬਾਤ ਕਰਨ ਦੀ। ਸਿੱਧੂ ਸਾਹਿਬ, ਇੱਕ ਛੋਟੀ ਜਿਹੀ ਗੱਲ ਹੈ, ਤੁਸੀਂ ਸੀਬੀਆਈ ਦੀ ਮੰਗ ਕਰ ਰਹੇ ਹੋ, ਅੱਜ ਤੁਹਾਨੂੰ ਪੇਸ਼ ਕੀਤਾ ਗਿਆ ਸੀਗਾ, ਲੇਕਿਨ ਐਲੀਗੇਸ਼ਨ ਵੱਡੇ ਲੱਗ ਰਹੇ ਨੇ, ਕੀ ਕਹੋ? ਬ੍ਰਦਰ, ਦ ਹਾਈਐਸਟ ਏਜੰਸੀ ਇਨ ਦ ਫੋਨ ਇਨ ਦ ਇੰਡੀਆ ਇਜ਼ ਜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜੀ, ਐਂਡ ਆਈ ਰਿਕੁਐਸਟ ਦ ਆਨਰੇਬਲ ਗਵਰਨਮੈਂਟ ਟੂ ਐਗਰੀ ਵਿਦ ਮਾਈ ਪੁਆਇੰਟ ਆਫ ਵਿਊ ਐਂਡ ਸੈਂਡ ਦ ਹੋਲ ਆਫ ਇਨਵੈਸਟੀਗੇਸ਼ਨ ਟੂ ਸੀਬੀਆਈ ਜੀ। ਜਿਹੜੀ ਵੀ ਪਿਸਟਲ ਕਿੱਥੋਂ ਲੈ ਕੇ ਆਏ, ਪੂਰਾ ਪਲਾਨ ਤਰੀਕੇ ਸਾਰ, ਜਿਹੜੇ ਪਰਿਵਾਰ ਵਾਲੇ ਐਲੀਗੇਸ਼ਨ ਲਾ ਰਹੇ, ਉਹਦੇ 'ਚ ਕੁਝ ਕਹੋਗੇ? ਬ੍ਰਦਰ, ਦੈਟ ਇਜ਼ ਫੋਰ ਦ ਮੈਟਰ ਇਜ਼ ਸਬ ਜੁਡਿਸ ਐਂਡ ਆਲਰੇਡੀ ਅੰਡਰ ਇਨਵੈਸਟੀਗੇਸ਼ਨ, ਸੋ ਦੈਟ ਆਈ ਕਾਂਟ ਸੀ ਐਨੀਥਿੰਗ। ਠੀਕ ਹੈ, ਤੇ ਬਿਲਕੁਲ, ਮਲਵਿੰਦਰ ਸਿੰਘ ਸਿੱਧੂ ਅੱਜ ਪੇਸ਼ ਹੋਏ ਸੀਗੇ, 2 ਦਿਨ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀਗਾ, ਤੇ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਡਿਮਾਂਡ ਕਰਦੇ ਆ ਕਿ ਸੀਬੀਆਈ ਦੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਵੇ, ਸੀਬੀਆਈ ਵੱਲੋਂ ਪੂਰਾ ਜਿਹੜੀ ਜਾਂਚ ਦਾ, ਕਿਉਂਕਿ ਇਹ ਪੂਰਾ ਜਿਹੜੀ ਵੀ ਚੀਜ਼ਾਂ ਹੋਈ ਹੈ, ਮਾਮਲੇ ਦਰਜ ਹੋਏ ਆ, ਮੈਨੂੰ ਫਸਾਇਆ ਗਿਆ, ਚਾਹੇ ਉਹ ਵਿਜੀਲੈਂਸ ਦੀ ਗੱਲ ਹੋਵੇ, ਚਾਹੇ ਉਹ ਮਾਮਲੇ ਜਿਹੜੇ ਆ 4 ਤੋਂ 5 ਮਾਮਲੇ ਜਿਹੜੇ ਦਰਜ ਹੋਏ ਨੇ, ਇਹ ਪੂਰਾ ਇਨਵੈਸਟੀਗੇਸ਼ਨ ਸੀਬੀਆਈ ਵੱਲੋਂ ਕੀਤਾ ਜਾ ਰਿਹਾ। ਹਾਲਾਂਕਿ ਪਿਸਟਲ ਕਿੱਥੋਂ ਲੈ ਕੇ ਆਏ, ਪਲੈਨਿੰਗ ਤਰੀਕੇ ਸੀ, ਇਹ ਸਾਰਾ ਮਰਡਰ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਲੇਕਿਨ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ 20 ਤਰੀਕ ਤੱਕ। ਏਆਈਜੀ ਸਸਪੈਂਡਡ ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿਆ ਗਿਆ। ਮਤਲਬ ਕੁਝ ਕਹੋਗੇ ਤੁਸੀਂ, ਜਿਹੜੀ ਵੀ ਚੀਜ਼ਾਂ ਹੋਈਆਂ ਉਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ? And I request the Honorable Government also, my Honorable Body CM also, to assist and file an affidavit that they agree with me, the matter should go to the CBI. The truth will come out, toda pani da pani ho jayega. Te tusi CBI di jaanch kar rahe ho? Sir, kyon lagda hai ki aakhir kare eh pehla thonu jehda tusi keh rahe ho thode mamle da jo hai oh jaan bujh ke pareshan karne waste kita gaya? Brother, there's a lot to say, but all the matters are sub judice. Nahi, eh matter bilkul sub judice hai, lekin jehdi vi cheezan hoyi hai ke CBI di mang hove, kyunki pichle dinan vigilance di assi gall kar liye, ya 8 phase thane 'ch jehda vi mamla darj hoya, eh sari cheezan nu le ki ide naal jude hoye ne is prakar de naal?
ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਸੀਬੀਆਈ ਦੀ ਜਾਂਚ ਤੋਂ ਮੰਗ ਤੋਂ ਬਾਅਦ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਐਲੀਗੇਸ਼ਨ ਲੱਗ ਰਹੇ ਕਿ ਬਈ ਪੂਰਾ ਪਲਾਨ ਤਰੀਕੇ ਦੇ ਨਾਲ ਅਸੀਂ ਦੱਸਾਂ ਵੀ ਕੀਤਾ ਗਿਆ ਕੋਰਟ 'ਚ ਆ ਕੇ ਪਿਸਟਲ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਜੀ। ਅੱਜ ਮਲਵਿੰਦਰ ਸਿੱਧੂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ 2 ਦਿਨ ਦੇ ਰਿਮਾਂਡ ਤੋਂ ਬਾਅਦ ਤੇ ਹੁਣ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿਆ ਗਿਆ। ਹਾਲਾਂਕਿ ਇਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਸੀਬੀਆਈ ਦੀ ਜਾਂਚ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਸੇ ਕਰਕੇ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਦੀ ਮੰਗ ਨੂੰ ਲੈ ਕੇ ਜਿਹੜਾ ਹੈ ਉਹ ਕੀਤਾ ਜਾ ਰਿਹਾ ਅਤੇ ਮਲਵਿੰਦਰ ਸਿੱਧੂ ਅੱਜ ਇੱਥੇ ਪਹੁੰਚੇ ਨੇ ਅਤੇ ਉਹਨਾਂ ਨਾਲ ਅਸੀਂ ਕੋਸ਼ਿਸ਼ ਵੀ ਕਰਾਂਗੇ ਦੁਬਾਰਾ ਤੋਂ ਗੱਲਬਾਤ ਕਰਨ ਦੀ। ਸਿੱਧੂ ਸਾਹਿਬ ਇੱਕ ਛੋਟੀ ਜਿਹੀ ਗੱਲ ਹੈ, ਤੁਸੀਂ ਸੀਬੀਆਈ ਦੀ ਮੰਗ ਕਰ ਰਹੇ ਹੋ ਅੱਜ, ਤੁਹਾਨੂੰ ਪੇਸ਼ ਕੀਤਾ ਗਿਆ ਸੀਗਾ ਲੇਕਿਨ ਐਲੀਗੇਸ਼ਨ ਵੱਡੇ ਲੱਗ ਰਹੇ ਨੇ, ਕੀ ਕਹੋ? ਬ੍ਰਦਰ, ਦ ਹਾਈਐਸਟ ਏਜੰਸੀ ਇਨ ਦ ਫੋਨ ਇਨ ਦ ਇੰਡੀਆ ਇਜ਼ ਜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜੀ ਐਂਡ ਆਈ ਰਿਕੁਐਸਟ ਦ ਆਨਰੇਬਲ ਗਵਰਨਮੈਂਟ ਟੂ ਐਗਰੀ ਵਿਦ ਮਾਈ ਪੁਆਇੰਟ ਆਫ ਵਿਊ ਐਂਡ ਸੈਂਡ ਦ ਹੋਲ ਆਫ ਇਨਵੈਸਟੀਗੇਸ਼ਨ ਟੂ ਸੀਬੀਆਈ ਜੀ। ਜਿਹੜੇ ਵੀ ਪਿਸਟਲ ਕਿੱਥੋਂ ਲੈ ਕੇ ਆਏ ਪੂਰਾ ਪਲਾਨ ਤਰੀਕੇ ਸਾ ਜਿਹੜੇ ਪਰਿਵਾਰ ਵਾਲੇ ਐਲੀਗੇਸ਼ਨ ਲਾ ਰਹੇ ਉਹਦੇ 'ਚ ਕੁਝ ਕਹੋਗੇ? ਬ੍ਰਦਰ, ਦੈਟ ਇਜ਼ ਫੋਰ ਦ ਮੈਟਰ ਇਜ਼ ਸਬ ਜੂਡਿਸ ਐਂਡ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਸੋ ਦੈਟ ਆਈ ਕਾਂਟ ਸੀ ਐਨੀਥਿੰਗ। ਠੀਕ ਹੈ, ਤੇ ਬਿਲਕੁਲ ਮਲਵਿੰਦਰ ਸਿੰਘ ਸਿੱਧੂ ਅੱਜ ਪੇਸ਼ ਹੋਏ ਸੀਗੇ 2 ਦਿਨ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀਗਾ ਤੇ ਇਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਇਹ ਡਿਮਾਂਡ ਕਰਦੇ ਆ ਕਿ ਸੀਬੀਆਈ ਦੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਵੇ, ਸੀਬੀਆਈ ਵੱਲੋਂ ਪੂਰਾ ਜਿਹੜੀ ਜਾਂਚ ਦਾ, ਕਿਉਂਕਿ ਇਹ ਪੂਰਾ ਜਿਹੜੀ ਵੀ ਚੀਜ਼ਾਂ ਹੋਈ ਹੈ ਮਾਮਲੇ ਦਰਜ ਹੋਏ ਆ, ਮੈਨੂੰ ਫਸਾਇਆ ਗਿਆ, ਚਾਹੇ ਉਹ ਵਿਜੀਲੈਂਸ ਦੀ ਗੱਲ ਹੋਵੇ, ਚਾਹੇ ਉਹ ਮਾਮਲੇ ਜਿਹੜੇ ਆ 4 ਤੋਂ 5 ਮਾਮਲੇ ਜਿਹੜੇ ਦਰਜ ਹੋਏ ਨੇ, ਇਹ ਪੂਰਾ ਇਨਵੈਸਟੀਗੇਸ਼ਨ ਸੀਬੀਆਈ ਵੱਲੋਂ ਕੀਤਾ ਜਾ ਰਿਹਾ। ਹਾਲਾਂਕਿ ਪਿਸਟਲ ਕਿੱਥੋਂ ਲੈ ਕੇ ਆਏ, ਪਲੈਨਿੰਗ ਤਰੀਕੇ ਸੀ, ਇਹ ਸਾਰਾ ਮਰਡਰ ਹੋਇਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ 20 ਤਰੀਕ ਤੱਕ।